ਥੋੜਾ ਘੱਟ ਨਜ਼ਰ ਆ ਰਿਹਾ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਕਿ ਲੋਕ ਜਿਵੇਂ ਗਰਮੀ ਘੱਟ ਹੋਊਗੀ ਉਦੋਂ ਲੋਕ ਨਿਕਲਣਗੇ। ਪਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਤੁਹਾਡਾ ਸਾਰਿਆਂ ਦਾ ਵੋਟ ਬਹੁਤ ਕੀਮਤੀ ਹੈ, ਸਾਰਿਆਂ ਨੂੰ ਆ ਕੇ ਜ਼ਰੂਰ ਵੋਟ ਪਾਉਣਾ ਚਾਹੀਦਾ ਹੈ, ਤੁਹਾਡਾ ਹੱਕ ਹੈ, ਬਹੁਤ ਜ਼ਰੂਰੀ ਹੈ ਕਿ ਆ ਕੇ ਵੋਟ ਪਾਓ। ਅਕਾਲੀ ਦਲ ਨੂੰ ਕਿੱਥੇ ਦੇਖ ਰਹੇ ਹੋ ਇਸ ਕੰਪੀਟੀਸ਼ਨ ਦੇ ਵਿੱਚ? ਅਸੀਂ ਜ਼ਰੂਰ ਬਹੁਤ ਬਹੁਤ ਅੱਛਾ ਕਰਾਂਗੇ ਐਤਕੀ, ਕਿ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਅਤੇ ਮਜੀਠੇ ਹਲਕੇ 'ਚ ਤਾਂ ਲੋਕ ਹਮੇਸ਼ਾ ਹੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ। ਮਜੀਠੇ ਹਲਕੇ 'ਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਗਿਆ, ਸੀ ਐਮ ਸਾਹਿਬ ਵੀ ਰੋਡ ਸ਼ੋ ਕਰਦੇ ਨਜ਼ਰ ਆਏ ਨੇ, ਕੁਲਬੀਰ ਸਿੰਘ ਗਿੱਲ ਨਾਲ ਸੀ ਉਦੋਂ ਉਸ ਟਾਈਮ ਦੇ ਉੱਤੇ, ਕੀ ਲੱਗਦਾ ਕਿ ਇਹ ਹਲਚਲ ਜਿਹੜੀ ਹੋਈ ਹੈ ਮਜੀਠੇ ਦੇ ਵਿੱਚ ਫਰਕ ਪਊਗਾ ਇਸ ਵਾਰ? ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜੂਗਾ। ਇਹੀ ਕਹਿ ਸਕਦੀ ਹਾਂ ਕਿ ਗੁਰੂ ਸਾਹਿਬ ਨੇ ਅਤੇ ਮਜੀਠੇ ਹਲਕੇ ਦੇ ਲੋਕਾਂ ਨੇ ਹਮੇਸ਼ਾ ਬੜਾ ਸਾਥ ਦਿੱਤਾ। ਦੇਖਦੇ ਹੋ ਹਮੇਸ਼ਾ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ ਜਾਂਦਾ, ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਪਰਚੇ ਦਰਜ ਕਰਕੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚਲੋ ਉਹਨਾਂ ਕੋਲ ਹੋਰ ਕੋਈ ਮੁੱਦੇ ਤਾਂ ਹੈ ਨਹੀਂ, ਤਾਂ ਉਹਨਾਂ ਜਿਹੜਾ ਆਵਾਜ਼ ਚੁੱਕਦਾ ਹੈ ਲੋਕਾਂ ਦੀ ਉਹਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਹੈ। ਦੇਖੋ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿੰਨਾ ਮਰਜ਼ੀ ਨਿਸ਼ਾਨੇ ਲਾ ਲਓ ਤੁਹਾਡੇ ਤੇ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਕਿ ਲੋਕ ਜਿਵੇਂ ਗਰਮੀ ਘੱਟ ਹੋਊਗੀ ਉਦੋਂ ਲੋਕ ਨਿਕਲਣਗੇ। ਪਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਤੁਹਾਡਾ ਸਾਰਿਆਂ ਦਾ ਵੋਟ ਬਹੁਤ ਕੀਮਤੀ ਹੈ, ਸਾਰਿਆਂ ਨੂੰ ਆ ਕੇ ਜ਼ਰੂਰ ਵੋਟ ਪਾਉਣਾ ਚਾਹੀਦਾ ਹੈ, ਤੁਹਾਡਾ ਹੱਕ ਹੈ, ਬਹੁਤ ਜ਼ਰੂਰੀ ਹੈ ਕਿ ਆ ਕੇ ਵੋਟ ਪਾਓ। ਅਕਾਲੀ ਦਲ ਨੂੰ ਕਿੱਥੇ ਦੇਖ ਰਹੇ ਹੋ ਇਸ ਕੰਪੀਟੀਸ਼ਨ ਦੇ ਵਿੱਚ? ਅਸੀਂ ਜ਼ਰੂਰ ਬਹੁਤ ਬਹੁਤ ਅੱਛਾ ਕਰਾਂਗੇ ਐਤਕੀ, ਕਿ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਅਤੇ ਮਜੀਠੇ ਹਲਕੇ 'ਚ ਤਾਂ ਲੋਕ ਹਮੇਸ਼ਾ ਹੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ। ਮਜੀਠੇ ਹਲਕੇ 'ਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਗਿਆ, ਸੀ ਐਮ ਸਾਹਿਬ ਵੀ ਰੋਡ ਸ਼ੋ ਕਰਦੇ ਨਜ਼ਰ ਆਏ ਨੇ, ਕੁਲਬੀਰ ਸਿੰਘ ਗਿੱਲ ਨਾਲ ਸੀ ਉਦੋਂ ਉਸ ਟਾਈਮ ਦੇ ਉੱਤੇ, ਕੀ ਲੱਗਦਾ ਕਿ ਇਹ ਹਲਚਲ ਜਿਹੜੀ ਹੋਈ ਹੈ ਮਜੀਠੇ ਦੇ ਵਿੱਚ ਫਰਕ ਪਊਗਾ ਇਸ ਵਾਰ? ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜੂਗਾ। ਇਹੀ ਕਹਿ ਸਕਦੀ ਹਾਂ ਕਿ ਗੁਰੂ ਸਾਹਿਬ ਨੇ ਅਤੇ ਮਜੀਠੇ ਹਲਕੇ ਦੇ ਲੋਕਾਂ ਨੇ ਹਮੇਸ਼ਾ ਬੜਾ ਸਾਥ ਦਿੱਤਾ। ਦੇਖਦੇ ਹੋ ਹਮੇਸ਼ਾ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ ਜਾਂਦਾ, ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਪਰਚੇ ਦਰਜ ਕਰਕੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚਲੋ ਉਹਨਾਂ ਕੋਲ ਹੋਰ ਕੋਈ ਮੁੱਦੇ ਤਾਂ ਹੈ ਨਹੀਂ, ਤਾਂ ਉਹਨਾਂ ਜਿਹੜਾ ਆਵਾਜ਼ ਚੁੱਕਦਾ ਹੈ ਲੋਕਾਂ ਦੀ ਉਹਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਹੈ। ਦੇਖੋ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿੰਨਾ ਮਰਜ਼ੀ ਨਿਸ਼ਾਨੇ ਲਾ ਲਓ ਤੁਹਾਡੇ ਤੇ। ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਤਾਂ ਇਸ ਕਰਕੇ ਵੀ ਹੋ ਸਕਦਾ ਕਿ ਲੋਕ ਜਿਵੇਂ ਗਰਮੀ ਘੱਟ ਹੋਊਗੀ ਉਦੋਂ ਲੋਕ ਨਿਕਲਣਗੇ। ਪਰ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਤੁਹਾਡਾ ਸਾਰਿਆਂ ਦਾ ਵੋਟ ਬਹੁਤ ਕੀਮਤੀ ਹੈ, ਸਾਰਿਆਂ ਨੂੰ ਆ ਕੇ ਜ਼ਰੂਰ ਵੋਟ ਪਾਉਣਾ ਚਾਹੀਦਾ ਹੈ, ਤੁਹਾਡਾ ਹੱਕ ਹੈ, ਬਹੁਤ ਜ਼ਰੂਰੀ ਹੈ ਕਿ ਆ ਕੇ ਵੋਟ ਪਾਓ। ਅਕਾਲੀ ਦਲ ਨੂੰ ਕਿੱਥੇ ਦੇਖ ਰਹੇ ਹੋ ਇਸ ਕੰਪੀਟੀਸ਼ਨ ਦੇ ਵਿੱਚ? ਅਸੀਂ ਜ਼ਰੂਰ ਬਹੁਤ ਬਹੁਤ ਅੱਛਾ ਕਰਾਂਗੇ ਐਤਕੀ, ਕਿ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਹੈ ਅਤੇ ਮਜੀਠੇ ਹਲਕੇ 'ਚ ਤਾਂ ਲੋਕ ਹਮੇਸ਼ਾ ਹੀ ਸਾਰਿਆਂ ਨੇ ਬਹੁਤ ਸਾਥ ਦਿੱਤਾ ਹੈ। ਮਜੀਠੇ ਹਲਕੇ 'ਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਜਿਹੜਾ ਪ੍ਰਚਾਰ ਕੀਤਾ ਗਿਆ, ਸੀ ਐਮ ਸਾਹਿਬ ਵੀ ਰੋਡ ਸ਼ੋ ਕਰਦੇ ਨਜ਼ਰ ਆਏ ਨੇ, ਕੁਲਬੀਰ ਸਿੰਘ ਗਿੱਲ ਨਾਲ ਸੀ ਉਦੋਂ ਉਸ ਟਾਈਮ ਦੇ ਉੱਤੇ, ਕੀ ਲੱਗਦਾ ਕਿ ਇਹ ਹਲਚਲ ਜਿਹੜੀ ਹੋਈ ਹੈ ਮਜੀਠੇ ਦੇ ਵਿੱਚ ਫਰਕ ਪਊਗਾ ਇਸ ਵਾਰ? ਤੁਹਾਨੂੰ 4 ਤਰੀਕ ਨੂੰ ਪਤਾ ਲੱਗ ਜੂਗਾ। ਇਹੀ ਕਹਿ ਸਕਦੀ ਹਾਂ ਕਿ ਗੁਰੂ ਸਾਹਿਬ ਨੇ ਅਤੇ ਮਜੀਠੇ ਹਲਕੇ ਦੇ ਲੋਕਾਂ ਨੇ ਹਮੇਸ਼ਾ ਬੜਾ ਸਾਥ ਦਿੱਤਾ। ਦੇਖਦੇ ਹੋ ਹਮੇਸ਼ਾ ਬਿਕਰਮ ਮਜੀਠੀਆ ਨੂੰ ਨਿਸ਼ਾਨੇ ਤੇ ਲਿਆ ਜਾਂਦਾ, ਕੋਈ ਵੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਹਮੇਸ਼ਾ ਪਰਚੇ ਦਰਜ ਕਰਕੇ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਚਲੋ ਉਹਨਾਂ ਕੋਲ ਹੋਰ ਕੋਈ ਮੁੱਦੇ ਤਾਂ ਹੈ ਨਹੀਂ,
ਤਾਂ ਜਿਹੜਾ ਆਵਾਜ਼ ਚੁੱਕਦਾ ਹੈ ਲੋਕਾਂ ਦੀ ਉਹਨੂੰ ਹਮੇਸ਼ਾ ਨਿਸ਼ਾਨੇ ਤੇ ਲਿਆ ਜਾਂਦਾ ਹੈ। ਦੇਖੋ ਹੁਣ ਸਾਨੂੰ ਕੋਈ ਫਰਕ ਨਹੀਂ ਪੈਂਦਾ, ਤੁਸੀਂ ਜਿੰਨਾ ਮਰਜ਼ੀ ਨਿਸ਼ਾਨੇ ਲਾ ਲਓ ਤੁਹਾਡੇ।